ਤੁਸੀਂ ਵੀ ਬਾਈ ਸ਼ਾਮਿਲ ਹੋਣ ਦੇ ਲਈ ਪਹੁੰਚ ਗਏ ਹੋ ਜੀ? ਅਸੀਂ ਸਾਡਾ ਸਾਡਾ ਕੰਮ ਆ, ਸਾਡੀ ਲੜਾਈ ਆ, ਅਸੀਂ ਸ਼ਾਮਿਲ ਹੋਵਾਂਗੇ ਤਾਂ ਹੋਰ ਕੌਣ ਹੋਊਗਾ? ਸਾਡੀ ਲੜਾਈ ਆ, ਸਾਡੇ ਪੰਜਾਬ ਦੀ ਲੜਾਈ ਆ, ਅਥਰੂ ਗੈਸ ਸੁੱਟ ਲੈਣ, ਜੋ ਮਰਜ਼ੀ ਸੁੱਟ ਲੈਣ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ, ਇੱਕ ਦੇ ਦਬਣ ਝੁਕਣ ਵਾਲੀ ਨਹੀਂ ਹੈਗੀ। ਅਸੀਂ ਲੜਾਂਗੇ, ਸਬਰ ਨਾਲ ਲੜਾਂਗੇ ਅਤੇ ਸਬਰ ਨਾਲ ਜਿੱਤ ਕੇ ਆਵਾਂਗੇ। ਕੋਈ ਕਿਸੇ ਨੌਜਵਾਨੀ ਆ ਗਈ, ਕਿਸੇ ਕੋਈ ਘਬਰਾਹਟ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਮਿਲੀ ਜਾਣ ਤੇ ਅਗਰ ਸਹਿਮਤੀ ਅੱਜ ਵਾਲੀ ਮੀਟਿੰਗ ਚ ਨਹੀਂ ਬਣਦੀ, ਫਿਰ ਜਿਵੇਂ 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 ਸਾਡੇ ਆਗੂ ਸਾਹਿਬਾਨ ਕਹਿ ਰਹੇ ਨੇਗੇ, ਜਿਵੇਂ ਸਾਨੂੰ ਉਹ ਕਹਿਣਗੇ, ਅਸੀਂ ਨੌਜਵਾਨੀ ਉਵੇਂ ਕਰਨ ਨੂੰ ਤਿਆਰ ਆ। ਜੇ ਬਾਰਡਰ ਤੋੜਨਾ ਬਾਰਡਰ ਤੋੜਾਂਗੇ, ਜਿਵੇਂ ਜਿਵੇਂ ਸਾਡੇ ਆਗੂ ਸਾਹਿਬ ਬਣ ਕਹੀ ਅਸੀਂ ਉਵੇਂ ਤਿਆਰ ਆ। ਭਾਨਾ ਸਿੱਧੂ ਜਿਹੜਾ ਜਿਹੜਾ ਕਿਸਾਨ ਇੱਥੇ ਸੰਘਰਸ਼ ਦੇ ਵਿੱਚ ਜਿਹੜਾ ਪਹੁੰਚਿਆ, ਔਰ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਜਿਵੇਂ ਕਿਸਾਨ ਕਹਿਣਗੇ ਅਸੀਂ ਉਸੇ ਤਰੀਕੇ ਦੇ ਨਾਲ ਕਰਾਂਗੇ। ਤੁਸੀਂ ਵੀ ਬਾਈ ਸ਼ਾਮਿਲ ਹੋਣ ਦੇ ਲਈ ਪਹੁੰਚ ਗਏ ਹੋ ਜੀ? ਅਸੀਂ ਸਾਡਾ ਸਾਡਾ ਕੰਮ ਆ, ਸਾਡੀ ਲੜਾਈ ਆ, ਅਸੀਂ ਸ਼ਾਮਿਲ ਹੋਵਾਂਗੇ ਤਾਂ ਹੋਰ ਕੌਣ ਹੋਊਗਾ? ਸਾਡੀ ਲੜਾਈ ਆ, ਸਾਡੇ ਪੰਜਾਬ ਦੀ ਲੜਾਈ ਆ, ਅਥਰੂ ਗੈਸ ਸੁੱਟ ਲੈਣ, ਜੋ ਮਰਜ਼ੀ ਸੁੱਟ ਲੈਣ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ, ਇੱਕ ਦੇ ਦਬਣ ਝੁਕਣ ਵਾਲੀ ਨਹੀਂ ਹੈਗੀ। ਅਸੀਂ ਲੜਾਂਗੇ, ਸਬਰ ਨਾਲ ਲੜਾਂਗੇ ਅਤੇ ਸਬਰ ਨਾਲ ਜਿੱਤ ਕੇ ਆਵਾਂਗੇ। ਕੋਈ ਕਿਸੇ ਨੌਜਵਾਨੀ ਆ ਗਈ, ਕਿਸੇ ਕੋਈ ਘਬਰਾਹਟ ਵਾਲੀ ਕੋਈ ਗੱਲ ਹੀ ਨਹੀਂ ਹੈਗੀ। ਮਿਲੀ ਜਾਣ ਤੇ ਅਗਰ ਸਹਿਮਤੀ ਅੱਜ ਵਾਲੀ ਮੀਟਿੰਗ ਚ ਨਹੀਂ ਬਣਦੀ, ਫਿਰ ਜਿਵੇਂ 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 ਸਾਡੇ ਆਗੂ ਸਾਹਿਬਾਨ ਕਹਿ ਰਹੇ ਨੇਗੇ, ਜਿਵੇਂ ਸਾਨੂੰ ਉਹ ਕਹਿਣਗੇ, ਅਸੀਂ ਨੌਜਵਾਨੀ ਉਵੇਂ ਕਰਨ ਨੂੰ ਤਿਆਰ ਆ। ਜੇ ਬਾਰਡਰ ਤੋੜਨਾ ਬਾਰਡਰ ਤੋੜਾਂਗੇ, ਜਿਵੇਂ ਜਿਵੇਂ ਸਾਡੇ ਆਗੂ ਸਾਹਿਬ ਬਣ ਕਹੀ ਜਾਂਦੇ ਸੀ ਉਵੇਂ ਮੈਂ ਤਿਆਰ ਆ। ਜਿਹੜੇ ਭਾਨਾ ਸਿੱਧੂ ਜਿਹੜਾ ਜਿਹੜਾ ਕਿਸਾਨ ਇੱਥੇ ਸੰਘਰਸ਼ ਦੇ ਵਿੱਚ ਜਿਹੜਾ ਪਹੁੰਚਿਆ, ਔਰ ਉਹਨਾਂ ਦਾ ਕਹਿਣਾ ਕਿ ਅਸੀਂ ਜਿਹੜਾ ਜਿਵੇਂ ਕਿਸਾਨ ਕਹਿਣਗੇ ਅਸੀਂ ਉਸੇ ਤਰੀਕੇ ਦੇ ਨਾਲ ਕਰਾਂਗੇ।